ਹੋ ਰੈਡ ਰੈਡ ਲਿਪਸ ਤੇ ਬਟਰ ਸਕਿਨ ਦਿਲ ਕਰ ਵੇਖ ਜਾਵਾਂ ਤੈਨੂੰ ਸਾਰਾ ਦਿਨ ਮੇਰਾ ਦਿਲ ਸਾਰਾ ਦਿਨ ਮੇਰਾ ਦਿਲ ਨੱਕਦੇ ਹੁਣ ਟਿਕਦਾ ਹਾਏ ਨੀ ਕਿਤੇ ਟਿਕਦਾ ਹਾਏ ਨੀ ਕਿਤੇ ਟਿਕਦਾ ਤੇਰਾ ਹੁਸਨ ਮੈਗਨੈਟ ਵਰਗਾ ਹਾਏ ਨੀ ਸਾਨੂੰ ਖਿੱਚਦਾ ਹਾਏ ਨੀ ਸਾਨੂੰ ਖਿੱਚਦਾ ਤੇਰਾ ਹੁਸਨ ਮੈਗਨੈਟ ਵਰਗਾ ਹਾਏ ਨੀ ਸਾਨੂੰ ਖਿੱਚਦਾ ਹੈਲੋ ਆਲ ਯੂ ਲਵਲੀ ਪੀਪਲ ਆਊਟ ਦੇਅਰ ਐਂਡ ਅ ਵੈਰੀ ਵਾਰਮ ਵੈਲਕਮ ਟੂ ਯੂ ਆਲ ਵੈਲ ਫਰੈਂਡਸ ਤਰਨ ਹਰ ਵਾਰ ਤੁਹਾਡਾ ਗੌਸਿਪ ਤੇ ਗੱਪਸ਼ਪ ਕਰਦੀ ਹੈ ਅੱਜ ਵੀ ਕਰੇਗੀ ਲੇਕਿਨ ਅੱਜ ਤਰਨ ਗੌਸਿਪ ਤੇ ਗੱਪਸ਼ਪ ਕਰੇਗੀ ਖਾਸ ਮਹਿਮਾਨਾਂ ਨਾਲ ਜੀ ਹਾਂ ਅੱਜ ਮੇਰੇ ਨਾਲ ਹੈਗੇ ਮੈਗਨੇਟ ਫੇਮ ਮੈਗਨੇਟ ਫੇਮ ਮੈਂ ਇਸ ਲਈ ਕਹੂੰਗੀ ਕਿਉਂਕਿ ਇਹਨਾਂ ਦੀ ਰੀਸੈਂਟ ਸੌਂਗ ਰਿਲੀਜ਼ ਹੋਇਆ ਮੈਗਨੇਟ ਜੀ ਆਮ ਟਾਕਿੰਗ ਅਬਾਊਟ ਕਰਨ ਐਂਡ ਨਤਾਸ਼ਾ ਜੋ ਕਿ ਮੇਰੇ ਨਾਲ ਇਸ ਵਕਤ ਮੌਜੂਦ ਹੈ ਕਰਨ ਵੈਰੀ ਵਾਰਮ ਵੈਲਕਮ ਟੂ ਯੂ ਇੰਡੀਆ ਨਿਊਜ਼ ਪੰਜਾਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਅੱਜ ਅਸੀਂ ਆ ਗਏ ਹਾਂ ਇੰਡੀਆ ਨਿਊਜ਼ ਪੰਜਾਬ 'ਚ ਅਤੇ ਬਹੁਤ ਅੱਛਾ ਲੱਗਦਾ ਪਿਆ ਸਾਡਾ ਗਾਣਾ ਆਇਆ ਮੈਗਨੇਟ ਐਂਡ ਲੋਕਾਂ ਨੇ ਬਹੁਤ ਪਿਆਰ ਦਿੱਤਾ ਗਾਣੇ ਨੂੰ ਅਤੇ ਸਾਰਾ ਕੁਛ ਤੁਸੀਂ ਸ਼ੁਰੂ 'ਚ ਹੀ ਬੋਲ ਦੋਗੇ ਮਤਲਬ ਅੱਗੇ ਤੋਂ ਵਧੋ ਬਸ ਇਤਨੀ ਐਕਸਾਈਟਮੈਂਟ ਹੈ ਗਾਣਾ ਕਿ ਇਤਨੀ ਅੱਛੀ ਰਿਵਿਊ ਆ ਰਹੀ ਹੈ ਕਿ ਮੈਂ ਕਿਆ ਬਤਾਵਾਂ ਬਸ ਲੋਕਾਂ ਦਾ ਪਿਆਰ ਆਏਗਾ ਬਿਲਕੁਲ ਬਿਲਕੁਲ ਇਹਨਾਂ ਨੇ ਸ਼ੁਰੂਆਤ 'ਚ ਆਪਣਾ ਸਾਰਾ ਗਾਣੇ ਦਾ ਰਿਵਿਊ ਸਭ ਕੁਛ ਪਹਿਲਾਂ ਹੀ ਦੱਸਦਾ ਇੱਕਦਮ ਨਤਾਸ਼ਾ ਵੈਰੀ ਵਾਰਮ ਵੈਲਕਮ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੀਆ ਨਿਊਜ਼ ਪੰਜਾਬ ਓਕੇ ਆਈ ਕੈਨ ਨੋਟ ਇਹਨਾਂ ਨੂੰ ਪੰਜਾਬੀ ਬੋਲਣ 'ਚ ਥੋੜ੍ਹੀ ਦਿੱਕਤ ਹੈਗੀ ਅੱਛਾ ਹਾਂ ਮਤਲਬ ਅੱਛਾ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ ਓਕੇ ਆਈ ਵਿਲ ਟਾਕ ਟੂ ਯੂ ਇਨ ਇੰਗਲਿਸ਼ ਦੈਨ ਸੋ ਮੈਗਨੇਟ ਮੈਗਨੇਟ ਯੂ ਨੋ ਆਪਣੇ ਵੱਲ ਖਿੱਚਦਾ ਹੈ ਸਭ ਨੂੰ ਹੈ ਨਾ ਅਤੇ ਤੁਸੀਂ ਜਿਹੜਾ ਤੁਹਾਡਾ ਗਾਣਾ ਉਹ 'ਚ ਵੀ ਯੂ ਨੋ ਲਿਰਿਕਸ ਹੈਗੇ ਕਿ ਹੁਸਨ ਤੇਰਾ ਖਿੱਚੇ ਮੇਰੀ ਵੱਲ ਸਮਝ ਤੇਰਾ ਹੁਸਨ ਮੈਗਨੇਟ ਵਰਗਾ ਹਾਈ ਨਹੀਂ ਸਾਨੂੰ ਖਿੱਚਦਾ ਹਾਈ ਨਹੀਂ ਸਾਨੂੰ ਮਤਲਬ ਤੇਰਾ ਹੁਸਨ ਐਸਾ ਹੈ ਜੋ ਹਮੇਂ ਆਪਣੀ ਔਰ ਖਿੱਚਦਾ ਹੈ ਐਗਜੈਕਟਲੀ ਨਤਾਸ਼ਾ ਯੂ ਆਰ ਰੀਅਲੀ ਵੈਰੀ ਵੈਰੀ ਯੂ ਨੋ ਬਿਊਟੀਫੁਲ ਐਂਡ ਫਰੈਂਡਸ ਮੈਂ ਤੁਹਾਨੂੰ ਦੱਸ ਦਵਾਂ ਕਿ ਨਤਾਸ਼ਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦਿਓ ਹੋਰ ਵੀ ਕਈ ਸਾਰੇ ਸੌਂਗਸ ਨਤਾਸ਼ਾ ਆ ਚੁੱਕੇ ਆ ਫੁਕਰ ਰਿਟਰਨਸ ਵੀ ਆ ਚੁੱਕੇ ਸੋ ਨਤਾਸ਼ਾ ਹਾਊ ਇਜ਼ ਐਕਸਪੀਰੀਅੰਸ ਇਨ ਦਿਸ ਸੌਂਗ ਵਿਦ ਕਰਨ With Karan, obviously it was a great experience. We have shot the song for like 24 hours constantly and it was very cold. Yeah, 4-5 degrees Celsius. Yeah, and I was like in shorts and dresses. But we only had one break as I remember, like for changing the location. Yeah. And we really work hard. Everyone was working hard on the song and I think we got the great result. That's really cool. You had that great result and of course wo dikhai de raha hai song bahut hi trend kar raha hai har thaan aur kafi zyada pasand kiya ja raha hai song. So Karan tonu puchna chahenge ki ye idea kitha se because you are a singer you are a composer and you are the lyricist also. So a song da jada idea si magnet you know ek bahut hi vakra ja topic hai hun tak inne sare songs aa rahe gaddiyan de gaane aande chashme de gaane aande lekin magnet te gaana bahut rarely sunan nu mila aaj tak te matlab whose concept was this te a idea sade Mukhtar Bhaji da hega jehde ਜਿਨ੍ਹਾਂ ਨੇ ਕਈ ਸਾਰੇ ਗਾਣੇ ਲਿਖੇ ਇੰਡਸਟਰੀ 'ਚ ਅਤੇ ਮੇਰੇ ਪ੍ਰੋਜੈਕਟ ਮੈਨੇਜਰ ਵੀ ਹੈਗੇ ਅਤੇ ਹੀਰੋ ਮਿਊਜ਼ਿਕ ਜਿਹੜੀ ਕੰਪਨੀ ਤੋਂ ਮੈਗਨੇਟ ਆਇਆ ਹੈਗਾ ਉਹਨਾਂ ਦੇ ਓਨਰ ਵੀ ਹੈਗੇ ਉਹਨਾਂ ਨੇ ਮੈਨੂੰ ਇਹ ਗਾਣਾ ਸੁਣਾਇਆ ਸੀ ਕਿ ਕਰਨ ਭਾਜੀ ਇੱਕ ਗਾਣਾ ਹੈ ਮੇਰੇ ਪਾਸ ਜਦ ਮੈਂ ਦਿੱਲੀ ਆਇਆ ਵਾ ਤਾਂ ਦਸੰਬਰ ਮੈਂ ਕਰਨ ਭਾਜੀ ਇੱਕ ਗਾਣਾ ਹੈ ਤੇਰਾ ਹੁਸਨ ਮੈਗਨੇਟ ਵਰਗਾ ਹਾਈ ਨਹੀਂ ਸਾਨੂੰ ਖਿੱਚਦਾ ਹਾਈ ਨਹੀਂ ਸਾਨੂੰ ਖਿੱਚਦਾ ਅਤੇ ਮੈਨੂੰ ਇੰਨਾ ਪਸੰਦ ਆਇਆ ਇਹ ਗਾਣਾ ਮੈਨੂੰ ਉਸੇ ਦਿਨ ਉਹਨਾਂ ਨੂੰ ਬੋਲ ਦਿੱਤਾ ਕਿ ਇਹ ਗਾਣਾ ਮੇਰੇ ਕੋਲ ਹੀ ਕਰਨਾ ਹੈ ਚਾਹੇ ਕੁਛ ਹੋ ਜਾਏ ਔਰ ਫਿਰ ਜਸ ਸਿੰਘ ਹੈ ਇਹਨਾਂ ਨੇ ਮਿਊਜ਼ਿਕ ਕੀਆ ਇਸਕਾ ਉਸਕਾ ਮਿਊਜ਼ਿਕ ਮੇਰੇ ਕੋ ਇਤਨਾ ਪਸੰਦ ਆਇਆ ਕਿ ਮੈਨੇ ਬੋਲਾ ਮੁਝੇ ਇਸਕੀ ਮਿਊਜ਼ਿਕ ਕਰਨੇ ਕੀ ਜ਼ਰੂਰਤ ਨਹੀਂ ਹੈ ਯਹੀ ਫਾਈਨਲ ਹੈ ਔਰ ਯਹੀ ਹਮ ਕਰੇਂਗੇ ਤੋ ਪੂਰੀ ਟੀਮ ਨੇ ਬਹੁਤ ਮਿਹਨਤ ਕੀ ਹੈ ਡਾਇਰੈਕਟਰ ਰੇ ਖਾਨ ਥੇ USA ਸੇ ਫਲਾਈ ਕੀਆ ਡਾਇਰੈਕਟਰ ਕਮਲਜੋਤ ਸਿੰਘ ਪੰਜਾਬ ਸੇ ਵੀ ਥੇ USA ਕਾ ਵੀ ਕੰਬੀਨੇਸ਼ਨ ਪੰਜਾਬ ਕਾ ਵੀ ਕੰਬੀਨੇਸ਼ਨ ਦਿੱਲੀ ਕੇ ਆਪਣੇ ਪ੍ਰੋਜੈਕਟ ਮੈਨੇਜਰ ਥੇ ਜਿਨ੍ਹਾਂ ਨੇ ਪੂਰੇ ਪ੍ਰੋਜੈਕਟ ਮੈਨੇਜਮੈਂਟ ਕੀ ਔਰ Gaana.com ਨੇ ਹਮੇ ਐਕਸਕਲੂਸਿਵ ਕੀਆ ਇਸ ਗਾਣੇ ਕੋ ਐਗਜੈਕਟਲੀ ਗਾਣੇ ਨੂੰ ਬਹੁਤ ਹੀ ਐਕਸਕਲੂਸਿਵ ਕਰਤਾ ਹੈ ਗਾਣਾ ਪਸੰਦ ਵੀ ਕੀਤਾ ਜਾ ਰਿਹਾ ਤੇ ਕਿਉਂ ਨਾ ਹੋ ਜਾਏ ਇੱਕ ਵਾਰ ਸਾਡੇ ਦਰਸ਼ਕ ਵੀ ਤੁਹਾਡੀ ਆਵਾਜ਼ 'ਚ ਸੁਣਨਾ ਚਾਹੁੰਦੇ ਮੈਗਨੇਟ ਸੋ ਹੋ ਜਾਏ ਦੋ ਲਾਈਨ ਹੋ ਰੈਡ ਰੈਡ ਲਿਪਸ ਤੇ ਬਟਰ ਸਕਿਨ ਤੇਰਾ ਹੁਸਨ ਮੈਗਨੇਟ ਵਰਗਾ ਹਾਏ ਨੀ ਸਾਨੂੰ ਖਿੱਚਦਾ ਹਾਏ ਨੀ ਸਾਨੂੰ ਖਿੱਚਦਾ ਆਸਮ ਨਾਈਸ ਸੌਂਗ ਅਮੇਜ਼ਿੰਗ ਇਟ ਇਜ਼ ਐਂਡ ਯੂ ਨੋ ਤੁਸੀਂ ਦੱਸਿਆ ਕਿ ਜਿੱਥੇ ਤੁਸੀਂ ਸ਼ੂਟ ਕੀਤਾ ਸੀ ਲੋਕੇਸ਼ਨ ਕਾਫੀ ਠੰਡ ਸੀਗੀ ਉੱਥੇ ਸੋ ਕੋਈ ਅਜਿਹਾ ਐਕਸਪੀਰੀਅੰਸ ਤੁਸੀਂ ਸਾਡੇ ਆਡੀਅੰਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਯੂ ਨੋ ਨਤਾਸ਼ਾ ਐਨੀ ਆਫ ਯੋਰ ਐਕਸਪੀਰੀਅੰਸ ਵਿਚ ਯੂ ਵਾਂਟ ਟੂ ਸ਼ੇਅਰ ਵਿਦ ਆਰ ਆਡੀਅੰਸ ਵਾਈਲ ਸ਼ੂਟਿੰਗ ਦਿਸ ਸੌਂਗ So as I said, like it was so cold and we were all freezing, but we really work hard on it. And thodi si Hindi audience ke liye Hindi. Ha, can you speak one or two lines in Hindi? Natasha ki Hindi bahut achhi hai, bahut achhi lagti hai jab ye Hindi bolti hai ek bar thodi si. Ha, Hindi theek hai abhi. Kaisa tha aapka shoot? Sirf main sharmati hu, thoda sa isliye zyada nahi baat karti hu. ਲੇਕਿਨ ਸਵਾਲ ਪੁੱਛੋ ਸਵਾਲ ਤਾਂ ਮੈਂ ਪੁੱਛੂੰਗੀ ਕਿਆ ਤੁਸੀਂ ਕੋਈ ਗਾਣਾ ਆਪ ਗਾ ਸਕਦੇ ਹੋ ਹਿੰਦੀ ਮੈਂ ਇੱਕ ਲਾਈਨ ਸਪੀਕ ਕੋਈ ਵੀ ਸੌਂਗ ਰੋਮਾਂਟਿਕ ਔਰ ਸਮ ਐਨੀ ਆਫ ਯੋਰ ਚੋਇਸ ਸੌਂਗ ਯਾ ਫੇਵਰੇਟ ਸੌਂਗ ਫੇਵਰੇਟ ਸੌਂਗ ਮੈਂ ਤੈਨੂੰ ਸਮਝਾਵਾਂ ਕਿ ਨਾ ਤੇਰੇ ਬਿਨਾਂ ਲੱਗਦਾ ਜੀ ਤੂੰ ਕੀ ਜਾਣੇ ਪਿਆਰ ਮੇਰਾ ਮੈਂ ਕਰੂੰ ਇੰਤਜ਼ਾਰ
ਤੂੰ ਦਿਲ ਤੋਂ ਯੋ ਜਾਨ ਮੇਰੀ Natasha, you really rock, yeah. Matlab, I mean, you're a great singer too. I mean, you should try in, you know, singing also. she was singing Dil Diya Galla also while we were shooting. Oh, that's cool. Yeah. ਮੈਂ ਪੁੱਛਣਾ ਚਾਹਾਂਗੀ ਕਰਨ ਤੁਹਾਡੇ ਤੋਂ, ਤੁਸੀਂ ਇਸ ਤੋਂ ਪਹਿਲਾਂ ਵੀ ਕਈ ਸਾਰੇ ਸੌਂਗਸ ਲੈ ਕੇ ਆਏ ਹੋ, ਹੈ ਨਾ, ਸਾਡੇ ਦਰਸ਼ਕਾਂ ਲਈ, ਜਾਨੀ ਹੈ ਤੇ ਜਾ, ਅਤੇ ਰਿਲੇਸ਼ਨਸ਼ਿਪ, ਜਦ ਮੈਂ ਦੇਖਿਆ ਇਹ ਸੌਂਗ ਤੁਹਾਡਾ ਰਿਲੇਸ਼ਨਸ਼ਿਪ, ਤਾਂ ਮੈਂ ਸੋਚਿਆ ਯਾਰ ਰਿਲੇਸ਼ਨਸ਼ਿਪ ਸੁਣਿਆ ਔਰ ਬੜੀ ਤਰ੍ਹਾਂ ਦੀ ਇਹ ਤਾਂ ਰਿਲੇਸ਼ਨ ਨੂੰ ਗੁੱਸੇ ਵਾਲਾ ਸੌਂਗ ਹੈ ਰਿਲੇਸ਼ਨ ਨੂੰ ਲੈ ਕੇ, ਤਾਂ ਸੋ ਯੋ ਮਤਲਬ ਕਿਸ ਤਰ੍ਹਾਂ ਤੁਸੀਂ ਇਸ ਸੌਂਗ ਦੇ ਬਾਰੇ ਕਿਸ ਤਰ੍ਹਾਂ ਸੋਚਿਆ ਸੀ ਰਿਲੇਸ਼ਨਸ਼ਿਪ? ਇਸ ਸੌਂਗ ਮੈਂ ਇਹੀ ਸੋਚਿਆ ਤਾ ਕਿ ਜੋ ਕੌਨਸੈਪਟ ਹੈ ਬਾਕੀ ਮੇਰੇ ਸਾਰੇ ਗਾਣੋ ਮੈਂ ਕਿਹਾ ਲੜਕੀ ਹਮੇਸ਼ਾ ਭਾਗਤੀ ਹੈ, ਇਸਮੇ ਮੈਂ ਇਹ ਸੋਚਿਆ ਥਾ ਕਿ ਇਸ ਗਾਣੇ ਮੈਂ ਲੜਕੀ ਕੋ ਕਲੋਜ਼ ਲੈ ਕੇ ਆਉਣਾ ਹੈ, ਤਭੀ ਰੱਖਾ ਹੈ ਕਿ ਹੁਸਨ ਮੈਗਨੈਟ ਵਰਗਾ ਆਏ ਨਹੀਂ ਸਾਨੂੰ ਖਿੱਚਦਾ, ਮੁਝੇ ਲੋਕ ਬੋਲਤੇ ਥੇ ਕਿ ਤੇਰੇ ਸੌਂਗ ਮੈਂ ਹਮੇਸ਼ਾ ਲੜਕੀ ਜਾਤੀ ਹੈ, ਅਬ ਇਸ ਬਾਰ ਮੈਂ ਕਲੋਜ਼ ਲਿਆ ਹੈ, ਅਗਲੇ ਵਾਲੇ ਪੇ ਫਿਰ ਚਲੀ ਜਾਏਗੀ। Worked in Fukre Returns also, and then you have worked in Action Jackson and a lot many films and DJ Wale Babu also. Yes. So, you know, how do you feel like when you got the first project? What was your, you know, reaction? Actually, first song I've got was in Satyagraha movie. So for me, it was something which I couldn't imagine because I came here as a model and I really didn't know that I can do auditions for movies and songs. So it was something which I was not aware of. So I was very happy and I didn't know I can come right now where I am. So main ek baat batana bhul gaya, inhone abhi recently Gippy Garwal ke sath bhi gana kiya, Nahi Chhadda. Are wow, kya baat hai, kya baat hai, matlab khud hi nahi yaad unhone inne sare projects kiye the. That one Punjab industry se pehle se hi chhai bhi free. Acha, tusi singing di gal kar rahe ha, assi tusi singer composer lyricist ho, gaane tusi gai rahe ho vadhiya, us to alawa karan nu ki karna pasand hai, what are your hobbies? My hobbies are traveling, the first thing, that's why I am always traveling. And road trips मुझे बहुत पसंद है, driving करना बहुत पसंद है, and sports बहुत पसंद है, cricket specially. मैं कोशिश करता हूँ कि हमेशा every day. तानो देख के लग रहा है थोड़ा sporty look लग रहा है, ऐसा लग रहा है कि तुझे उन्हीं cricket खेलने नहीं जा रहे हो. मेरे को कहीं भी cricket खेलते हुए कुछ लोग दिख जाते हैं ना, अगर मैं कहीं travel भी कर रहा हूँ, रास्ते पे कुछ street पे कोई cricket खेल रहा है तो मैं उनके साथ भी join कर लेता हूँ. और बॉम्बे में मैं हर दिन अपने सोसाइटी के बच्चों के साथ क्रिकेट खेलता हूँ. अरे वाह, क्या बात है, क्या बात है. करण, तुसी झारखंड तो हैगे हो, रांची, रांची तो होम टाउन तो हैगा तुहाडा, ते तुसी यू नो पंजाबी सॉन्ग्स गा रहे हो, ਤੁਹਾਨੂੰ ਮੁਸ਼ਕਿਲ ਨਹੀਂ ਹੋਈ ਸੀ ਪੰਜਾਬੀ? ਐਂਡ ਤੁਹਾਨੂੰ ਕੀ ਮਤਲਬ ਪੰਜਾਬੀ ਸੌਂਗਸ ਹੀ ਕਿਉਂ, ਮਤਲਬ ਹੋ ਸਕਦਾ ਤੁਸੀਂ ਹਿੰਦੀ ਸੌਂਗਸ ਵੀ ਗਾ ਸਕਦੇ ਸੀਗੇ, ਵਾਈ ਪੰਜਾਬੀ ਸੌਂਗਸ? ਬਾਤ ਇਹ ਹੈ ਕਿ ਮੈਂ ਰਾਂਚੀ ਸੇ ਥਾ ਲੇਕਿਨ ਮੈਂ ਪੰਜਾਬੀ ਹੂੰ, ਮੇਰੀ ਫੈਮਿਲੀ ਪੂਰੀ ਪੰਜਾਬੀ ਹੈ, ਲੇਕਿਨ ਮੈਂ ਰਾਂਚੀ ਮੈਂ ਜਿਸ ਏਰੀਆ ਪੇ ਬੋਰਨ ਐਂਡ ਬ੍ਰੌਟ ਅਪ ਹੋਇਆ, ਵਹਾਂ ਕੋਈ ਪੰਜਾਬੀ ਬੋਲਤਾ ਨਹੀਂ ਥਾ, ਤੋ ਮੇਰੀ ਪੰਜਾਬੀ ਉਤਨੀ ਅੱਛੀ ਨਹੀਂ ਹੋ ਪਾਈ, ਫਿਰ ਮੈਂ ਲੰਡਨ ਮੇਂ ਚਲਾ ਗਿਆ, ਵਹਾਂ ਵੀ ਅੱਛੀ ਨਹੀਂ ਹੋ ਪਾਈ, ਲੇਕਿਨ ਜਬ ਮੈਂ ਵਾਪਸ ਆਇਆ ਤੋ ਮੁਝੇ ਮੁਖਤਿਆਰ ਬਾਜੀ ਮਿਲੇ, ਐਸ ਮੁਖਤਿਆਰ ਬਾਜੀ, ਤੋ ਉਹਨਾਂ ਨੇ ਮੇਰੇ ਕੋ, ਮੈਂ ਹਿੰਦੀ ਗਾਣੇ ਕਰ ਰਿਹਾ ਥਾ ਪਹਿਲੇ, ਤਿੰਨ ਚਾਰ ਗਾਣੇ ਹਿੰਦੀ ਆਏ, ਫਿਰ ਉਹਨਾਂ ਨੇ ਮੁਝੇ ਕਰਤੇ 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 ਪੰਜਾਬੀ ਸਾਈਡ ਲੈ ਗਏ ਵੋ ਮੇਰੇ ਕੋ, ਔਰ ਫਿਰ ਅਬ ਇਤਨਾ ਮਜ਼ਾ ਆ ਰਿਹਾ ਕਿ ਮੇਰੇ ਆਗੇ ਕੇ ਸਾਰੇ ਗਾਣੇ ਪੰਜਾਬੀ ਹੈ, ਪੰਜਾਬੀ ਹੈ, ਲੇਕਿਨ ਤੁਸੀਂ ਪੰਜਾਬੀ ਚ ਗੱਲ ਕਿਉਂ ਨਹੀਂ ਕਰ ਰਹੇ ਮੇਰੇ ਨਾਲ? ਵਾਈ ਯੂ ਟਾਕ? ਸ਼ੁਰੂ ਕਰ ਦਿਆ ਮੈਂ, ਧੀਰੇ ਧੀਰੇ ਅਬ ਦੇਖੋ ਸ਼ਾਇਦ ਤਿੰਨ ਚਾਰ ਮਹੀਨੇ ਬਾਅਦ ਮੈਂ ਆਪਕੇ ਸਾਥ ਪ੍ਰੋਪਰ ਪੰਜਾਬੀ ਮੇਂ ਬਾਤ ਕਰੂੰਗਾ. ਓਕੇ, ਸੋ ਨੈਕਸਟ ਟਾਈਮ ਵੀਅਰਸ ਕੋ ਬਤਾ ਦੋ. ਬਿਲਕੁਲ, ਜਦ ਕਰਨ ਨੈਕਸਟ ਟਾਈਮ ਆਣਗੇ ਤਾਂ ਆਫਕੋਰਸ ਸਾਡਾ ਪੰਜਾਬੀ ਚ ਗੱਲ ਕਰਨਗੇ, ਕਰਨ ਨੇ ਕਹਿ ਦਿੱਤਾ ਹੋਇਆ. ਤੇ ਕਰਨ, ਇਸ ਤੋਂ ਇਲਾਵਾ ਵੀ ਤੁਹਾਡੇ ਕਈ ਸੌਂਗਸ ਆਏ ਆ, ਜਾਂਦੀ ਏ ਤੇ ਜਾ, ਹੈ ਨਾ, ਤੇ ਇੱਕ ਵਾਰ ਉਹ ਸੌਂਗ ਦਰਸ਼ਕਾਂ ਦੇ ਲਈ ਹੋ ਜਾਏ, ਦੋ ਲਾਈਨ. ਜਾਨੀਅਤ 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 ਜਾ, ਸਾਨੂੰ ਨਹੀਂ ਉਹ ਹੈਗੀ ਹੁਣ ਤੇਰੀ ਪਰਵਾਹ, ਉਹ ਜਾਨੀਅਤ 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 ਜਾ. ਕੀ ਬਾਤ ਹੈ, ਕੀ ਬਾਤ ਹੈ ਕਰਨ, ਬਹੁਤ ਅੱਛਾ ਕਨਸੈਪਟ ਰਿਹਾ ਤੁਹਾਡੇ ਸੌਂਗਸ ਦਾ, ਬਹੁਤ ਅੱਛਾ ਮਿਊਜ਼ਿਕ ਵੀ ਰਿਹਾ ਤੇ ਬਹੁਤ ਕਮਾਲ ਦੀ ਆਵਾਜ਼ ਹੈ ਤੁਹਾਡੀ. ਤੇ ਕਰਨ, ਇਫ ਯੂ ਟਾਕ ਅਬਾਊਟ ਪੰਜਾਬੀ ਬਾਲੀਵੁੱਡ, ਤੇ ਤੁਹਾਡਾ ਕੋਈ ਫੇਵਰਿਟ ਸਿੰਗਰ ਬਾਲੀਵੁੱਡ 'ਚ? ਅਰਿਜੀਤ ਸਿੰਘ ਐਨੀ ਡੇ. Bollywood, I'm saying singing. Bollywood? Bollywood. Bollywood Punjabi. Bollywood singer, abhi mere favorite chal rahe hain Amrit Maan. Unka jo different song aaya hai, wo mera repeat mode pe chal raha hai. Acha. Haan, aur wo hai mere favorite, aur Mankirat Aulak ke gaane mujhe bahut pasand hai. Aur Diljit Dosanjh to ਬਹੁਤ ਪਸੰਦ ਹੀ ਹੈ, ਮਤਲਬ ਬਹੁਤ ਜ਼ਿਆਦਾ ਪਸੰਦ ਹੈ, ਇਨ ਸਭ ਕੋ ਮੈਂ ਬਹੁਤ ਜ਼ਿਆਦਾ ਫੋਲੋ. ਕਿਸੇ ਨੂੰ ਫੋਲੋ ਕਰਦੇ ਹੋ ਜਿਹਦਾ ਸਟਾਈਲ ਤੁਸੀਂ ਇੱਕਦਮ ਪਰਫੈਕਟਲੀ, ਤੁਸੀਂ ਕਿਸੇ ਇੱਕ ਦੇ ਸਟਾਈਲ ਨੂੰ ਫੋਲੋ ਕਰਨਾ ਪਸੰਦ ਕਰਦੇ ਹੋ? ਨਹੀਂ, ਮੈਂ ਸਭ ਕੋ ਫੋਲੋ ਕਰਤਾ ਹੂੰ, ਮੇਰਾ ਕਿਹਾ ਹੈ ਕਿ ਮੇਰਾ ਸਭ, ਔਰ ਮੇਰੇ ਜਿਤਨੇ ਵੀ ਆਪ ਗਾਣੇ ਦੇਖੋ ਕਿ ਸਭ ਵਰਸਟਾਈਲ ਹੈ, ਕਿਸੇ ਮੇਂ ਮੈਂ ਥੋੜ੍ਹਾ ਬਾਲੀਵੁੱਡ ਜੈਸਾ, ਅਰਿਜੀਤ ਜੈਸਾ ਸਾਊਂਡ ਕਰੂੰਗਾ, ਕਿਸੇ ਮੈਂ ਪੰਜਾਬੀ ਸਿੰਗਰ ਜੈਸਾ ਸਾਊਂਡ ਕਰੂੰਗਾ, ਕਿਸੇ ਮੈਂ ਲੁੱਕ ਚੇਂਜ ਕਰ ਲੂੰਗਾ, ਮੈਂ ਸਭ ਕੋ ਫੋਲੋ ਕਰਤਾ ਹੂੰ. ਮੇਰਾ ਇਹ ਕਹਿਣ ਲੱਗੇ ਸੀ ਕਿ ਮੈਂ ਤੁਹਾਡੇ ਵੀਡੀਓਜ਼ ਦੇਖੇ ਸੌਂਗ ਦੇ ਕਈ ਸਾਰੇ, ਤੇ ਤੁਸੀਂ ਸਭ 'ਚ ਵੱਖਰੇ ਵੱਖਰੇ ਲੁੱਕ 'ਚ ਹੋ, ਹੈ ਨਾ, ਹਰ ਇੱਕ 'ਚ ਅਲੱਗ ਲੁੱਕ, ਤੁਸੀਂ ਜਾਣ ਮੁੱਝ ਕੇ ਕਰਤਾ ਹੂੰ ਇਹ ਚੀਜ਼ਾਂ, ਅਭੀ ਅਗਲੇ ਵਾਲੇ ਗਾਣੇ ਪੇ ਵੀ ਲੁੱਕ ਬਹੁਤ ਡਿਫਰੈਂਟ ਹੈ, ਤੁਸੀਂ ਸੋਚਦੇ ਕਿ ਲੋਕਾਂ ਨੂੰ ਇੱਕਦਮ ਸਰਪ੍ਰਾਈਜ਼ ਦਿੱਤਾ ਜਾਵੇ.
ਜਾਵੇ ਨਾ ਕਿ ਲੋਕ ਪਹਿਚਾਨਣ ਨਹੀਂ ਨਾ ਕਿ ਕਰਨ ਨਹੀਂ ਹੈ ਇਸ ਗਾਣੇ ਮੇਂ ਸਾਰੇ ਕਮੈਂਟਸ ਮੇਂ ਯੇ ਆ ਰਿਹਾ ਸਰਪ੍ਰਾਈਜ਼ ਕਿ ਉਹਨਾਂ ਨੇ ਸੋਚਾ ਨਹੀਂ ਥਾ ਕਿ ਮੈਂ ਡਾਂਸ ਕਰੂੰਗਾ ਇਸ ਗਾਣੇ ਪਰ ਲੇਕਿਨ ਇਸ ਗਾਣੇ ਮੇਂ ਹਮਨੇ ਡਾਂਸ ਕੋਰੀਓਗ੍ਰਾਫੀ ਕੀ ਐਂਡ ਨਤਾਸ਼ਾ ਨੇ ਮੇਰੇ ਕੋ ਸੈਟਸ ਪੇ ਵੀ ਬਹੁਤ ਸਾਰੀ ਚੀਜ਼ਾਂ ਸਿਖਾਈ ਕਿ ਐਸੇ ਡਾਂਸ ਕਰੋ ਐਸੇ ਮੂਵ ਕਰੋ ਇਹ ਸਭ ਚੀਜ਼ਾਂ ਨਤਾਸ਼ਾ ਸਿਖਾਇਆ ਕਰ ਹੀ ਵਾਸ ਗ੍ਰੇਟ ਹੀ ਵਾਸ ਗ੍ਰੇਟ ਬਿਕਾਜ਼ ਐਸ ਸਮਵਨ ਹੂ ਡਸਨਟ ਹੈਵ ਮਚ ਐਕਸਪੀਰੀਅੰਸ ਇਨ ਡਾਂਸਿੰਗ ਹੀ ਰੀਲੀ ਪੁਲਡ ਇਟ ਆਫ ਐਂਡ ਇਟ ਡਸਨਟ ਲੁੱਕ ਲਾਈਕ ਹੀ ਵਾਸ ਡੂਇੰਗ ਇਟ ਫॉर ਕੁਆਇਟ ਅ ਫਰਸਟ ਟਾਈਮ ਸੋ ਇਟ ਵਾਸ ਵੈਲ ਡਨ Thank you. I mean, I love Punjab. I love Punjabi people. Punjabi songs. And she used to eat a lot of Punjabi food. You eat a lot of Punjabi food? Doesn't look like, you know. But she liked it. I liked it. I mean, I love eating. Wherever I go, I want to try their food. So, on the set, yeah. What is your favorite dish, Punjabi? Which is your favorite dish from Punjab? Very bad with the names. What I was eating that time, I liked it. I think... You know about makki ki roti and sarso ka saag? Butter chicken? Yeah, I was eating that, definitely, yeah. Butter chicken, right? Okay. And yeah, we had makki di roti and sarso da saag during the shoot. Oh, and we had kheer also. Kheer? That's cool. So Karan, tode hor vi kai sare songs aaye aur but agar songs di gal assi baat karange, if we talk about you know acting, a lot of singers are turning toward acting, like kai sare singers jehde ki acting ch vi try karna chahnde aa. Tusi do din saal to tusi apne music leke aaye, as in singing tusi you know shuruaat karti as a singer, agge tusi acting ch vi try karoge? Maine already shuru kar di acting workshops. Acha, ha, already meri chal rahi hai taiyari sari. Dancing bhi maine shuru kar di hai. बॉम्बे में मैं एवरी वीक एक क्लास लेता हूँ डांसिंग की तो प्रिपरेशन स्टार्ट है जिस दिन अपॉर्चुनिटी मिलेगी ग्रैब कर लेंगे एग्जैक्टली एंड इफ यू टॉक अबाउट नताशा एनी ऑफ योर अपकमिंग प्रोजेक्ट्स लाइक इन बॉलीवुड यस आई हैव अ फ्यू स्टफ व्हिच आर गोना रिलीज सून बट आई कैन नॉट टॉक मच अबाउट देम राइट नाउ दैट्स अ सरप्राइज फॉर द ऑडियंस बट इट विल बी अ सरप्राइज या ओके सो हु इज योर फेवरेट एक्टर इन बॉलीवुड आई हैव फ्यू बट लेट्स से राइट नाउ मे बी रणवीर सिंह Yeah, I mean, mine is Ranveer Singh and Akshay Kumar forever fan. You look like Ranveer also, you know. Yeah, you resemble Ranveer Singh. A lot of people like mere gym mein bhi in Bombay also. Sare log main jahan bhi jata hu mujhe yahi bolte hain. Ha, exactly. You tere toda ek song aisi Nagin. Udhar jab main video dekha main thodi dar gayi thi kyunki wo video bada khatarnak si ha. Se Devil Kingdom banaya si. Ha, Devil Kingdom banaya si. Te wo bhi concept toda si ga. ਉਹ ਕਨਸੈਪਟ ਡਾਇਰੈਕਟਰ ਸ਼ਾਬੀ ਦਾ ਸੀਗਾ ਅੱਛਾ ਤੇ ਉਹ ਸੌਂਗ ਕਾਫੀ ਕਮਾਲ ਦਾ ਸੀ ਵੈਸੇ ਤਾਂ ਸਭ ਨੇ ਕਾਫੀ ਪਸੰਦ ਕੀਤਾ ਤੇ ਤੁਹਾਡਾ ਜਿੰਨੇ ਵੀ ਤੁਸੀਂ ਸੌਂਗਸ ਗਾਏ ਆ ਹੁਣ ਤੱਕ ਦਾ ਤੁਹਾਡਾ ਫੇਵਰਿਟ ਸੌਂਗ ਕਿਹੜਾ ਹੈ ਹੁਣ ਤੱਕ ਤੇ ਮੈਗਨੇਟ ਹੈਗਾ ਅੱਛਾ ਹੁਣ ਨੋ ਤਾਂ ਤੁਸੀਂ ਕਹੋਗੇ ਯਾਰ ਹਾਊ ਸਮਾਰਟ ਹੀ ਇਜ਼ ਨਾ ਨਹੀਂ ਸੱਚ ਮੈਂ ਮੈਗਨੇਟ ਹੈ ਔਰ ਸਭ ਤੋਂ ਜ਼ਿਆਦਾ ਲੋਕੋ ਕੋ ਮੈਗਨੇਟ ਹੀ ਪਸੰਦ ਆ ਰਿਹਾ ਸਭ ਕੇ ਮੈਸੇਜਸ ਆ ਰਹੇ ਹੈ ਕਿ ਇਹ ਤੁਹਾਡਾ ਟਰਨਿੰਗ ਪੁਆਇੰਟ ਹੈਗਾ ਲਾਈਫ 'ਚ ਤੇ ਇਸ ਤਰੀਕੇ ਦੇ ਗਾਣੇ ਕਰੋ ਅੱਗੇ ਤੇ ਇਹੀ ਸਭ ਕਮੈਂਟਸ ਆ ਰਹੇ ਤਾਂ ਲੱਗਦਾ ਹੈ ਕਿ ਹਾਂ ਇਹ ਅੱਛੀ ਸਭ ਤੋਂ ਅੱਛੀ ਚੀਜ਼ ਹੈ ਬਹੁਤ ਅੱਛਾ ਸੌਂਗ ਹੈ ਅਤੇ ਤੁਹਾਨੂੰ ਅਗਰ ਬਾਲੀਵੁੱਡ 'ਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਤੁਸੀਂ ਕਿਸ ਐਕਟਰੈਸ ਦੇ ਨਾਲ ਕੰਮ ਕਰਨਾ ਚਾਹੋਗੇ ਐਕਟਰੈਸ ਆਲਿਆ ਭੱਟ ਆਲਿਆ ਭੱਟ ਓਕੇ ਸੋ ਬਹੁਤ ਚੰਗਾ ਲੱਗਿਆ ਤੁਹਾਡਾ ਗੱਲ ਕਰਕੇ ਐਂਡ ਕਰਨ ਸਾਡੇ ਆਡੀਅੰਸ ਨੂੰ ਜਾਂਦੇ ਆਪਣੀ ਵੱਲੋਂ ਇੱਕ ਬਹੁਤ ਹੀ ਵਧੀਆ ਮੈਸੇਜ ਇੰਡੀਆ ਨਿਊਜ਼ ਪੰਜਾਬ ਦੇ ਦਰਸ਼ਕਾਂ ਦੇ ਲਈ ਹਾਂਜੀ ਤੇ ਜੋ ਮੈਨੂੰ ਦੇਖਦੇ ਪਏ ਕੀ ਬੋਲੇਗੇ ਜੋ ਮੈਨੂੰ ਦੇਖ ਰਹੇ ਹੈ ਮੇਰੇ ਫੈਨਸ ਮੇਰੇ ਸਪੋਰਟਰਸ ਔਰ ਵੈਲ ਵਿਸ਼ਰਸ ਜੋ ਵੀ ਬੜੇ ਲੋਕ ਹੈ ਬਹੁਤ ਮਿਹਨਤ ਕਰ ਰਹੇ ਹਮ ਲੋਕ ਐਂਡ ਆਪ ਲੋਕ ਸਭ ਐਸੇ ਹੀ ਸਪੋਰਟ ਕਰਤੇ ਜਾਓ ਮੈਂ ਅੱਛੇ ਅੱਛੇ ਪੰਜਾਬੀ ਗਾਣੇ ਬਣਾਊਂਗਾ ਆਪ ਸਭਕੇ ਲਈ ਐਂਡ ਕਭੀ ਆਪਕੋ ਸ਼ਿਕਾਇਤ ਨਹੀਂ ਆਨੇ ਦੂੰਗਾ ਕਿਸੀ ਵੀ ਚੀਜ਼ ਕੀ ਛੋਟੇ ਲੋਕ ਵੀ ਦੇ ਰਹੇ ਬੱਚੇ ਵੀ ਦੇਖ ਰਹੇ ਬੱਚੇ ਵੀ ਦੇਖ ਰਹੇ ਤੋ ਆਪ ਲੋਕ ਲਈ ਵੀ ਬਹੁਤ ਫਨ ਵਾਲੇ ਗਾਣੇ ਆਏਗੇ ਪਾਰਟੀ ਸੌਂਗਸ ਵੀ ਆਏਗੇ ਰੋਮਾਂਟਿਕ ਨੰਬਰ ਵੀ ਆਏਗੇ ਔਰ ਸਭ ਮੈਂ ਅੱਛੇ ਕੰਟੈਂਟ ਮਿਲੇਗੇ ਆਪਕੋ ਪੀਨੀ ਹੈ ਇਤਨੀ ਕੀ ਸਭ ਧੁੰਦਲਾ ਸਾ ਦਿਖਾਈ ਦੇਗਾ ਅਰੇ ਟੈਨਸ਼ਨ ਨਾ ਲਓ ਯਾਰ ਅੱਜ ਪਾਰਟੀ ਤੇਰਾ ਭਾਈ ਦੇਗਾ ਟੈਨਸ਼ਨ ਨਾ ਲਓ ਯਾਰ ਪਾਰਟੀ ਤੇਰੇ ਭਾਈ ਦੇਗਾ ਔਰ ਪਾਰਟੀ ਮੈਨੂੰ ਲੱਗ ਰਿਹਾ ਕਿ ਮੈਨੂੰ ਵੀ ਕਰਨ ਦੇਣਗੇ ਕਿਉਂਕਿ ਤੁਹਾਡਾ ਸੌਂਗ ਰਿਲੀਜ਼ ਹੋ ਗਿਆ ਅੱਜ ਰਾਤ ਕੋਈ ਪਾਰਟੀ ਹੈ ਐਗਜ਼ੈਕਟਲੀ ਰਾਤ ਕੋਈ ਪਾਰਟੀ ਹੈ ਮੈਂ ਜਾ ਰਹੀ ਹਾਂ ਕਰਨ ਔਰ ਨਤਾਸ਼ਾ ਕੇ ਸਾਥ ਇੰਜੋਏ ਕਰਨੇ ਮੈਂ ਮਸਤੀ ਕਰਨ ਜਾ ਰਹੀ ਹਾਂ ਨਾਲ ਤੁਸੀਂ ਵੀ ਇੰਜੋਏ ਕਰੋ ਫੁੱਲ ਔਨ ਫਨ ਕਰੋ ਟਿਲ ਦੈਨ ਟੇਕ ਕੇਅਰ ਬਾਏ ਬਾਏ ਹੈਵ ਅ ਨਾਈਸ ਟਾਈਮ